ਕੋਰੋਨਾ ਵਾਇਰਸ ਦਾ ਅਸਰ ਹੁਣ ਬਾਲੀਵੁੱਡ ਦੇ ਨਾਲ ਨਾਲ ਪੰਜਾਬੀ ਜਗਤ ਤੇ ਵੀ ਦੇਖਣ ਨੂੰ ਮਿਲ ਰਿਹਾ, ਜਿੱਥੇ ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਦੇ ਕਾਰਨ 31 ਮਾਰਚ ਤੱਕ ਸਿਨੇਮਾ ਘਰਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਨੇ, ਜਿਸ ਤੋਂ ਬਾਅਦ ਕਾਫੀ ਫਿਲਮਾਂ ਦੀ ਰਿਲੀਜ਼ਿੰਗ ਡੇਟ ਨੂੰ ਟਾਲ ਦਿੱਤਾ ਗਿਆ। ਇਸੇ ਹੀ ਲਿਸਟ 'ਚ ਹੁਣ ਪੰਜਾਬੀ ਫਿਲਮ ਇੰਡਸਟਰੀ ਦੇ ਰੌਕ ਸਟਾਰ ਗਿੱਪੀ ਗਰੇਵਾਲ ਅਤੇ ਰਾਣਾ ਰਣਵੀਰ ਨੇ 20 ਮਾਰਚ ਨੂੰ ਆਪਣੀ ਆਉਣ ਵਾਲੀ ਫਿਲਮ ਪੋਸੀ ਦੀ ਰਿਲੀਜ਼ਿੰਗ ਡੇਟ ਮੁਲਤਵੀ ਕਰ ਦਿੱਤੀ ਹੈ। ਹਾਲਾਂਕਿ ਗਿੱਪੀ ਗਰੇਵਾਲ ਨੇ ਫਿਲਮ ਦੀ ਨਵੀਂ ਰਿਲੀਜ਼ਿੰਗ ਡੇਟ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ। 20 ਮਾਰਚ ਨੂੰ ਹੰਬਲ ਮੋਸ਼ਨ ਪਿਕਚਰਸ ਵੱਲੋਂ ਰਿਲੀਜ਼ ਕੀਤੀ ਜਾ ਰਹੀ ਸੀ ਜੀ ਪੋਸਤੀ, ਸੋ ਉਹ ਫਿਲਮ ਅਸੀਂ ਹੁਣ ਡਿਲੇ ਕੀਤੀ ਹੈ ਜੀ ਕਰੋਨਾ ਵਾਇਰਸ ਕਰਕੇ। ਸੋ ਤੁਸੀਂ ਸਾਰੇ ਜਾਣੇ ਆਪਣਾ ਧਿਆਨ ਰੱਖਿਓ, ਕਿਉਂਕਿ ਜਿੱਥੇ ਵੀ ਜਾਂਦੇ ਹਾਂ ਖਾਸ ਕਰਕੇ ਸਿਨੇਮੇ ਹਾਲਾਂ ਦੇ ਵਿੱਚ ਜਿੱਥੇ ਇਕੱਠ ਹੋ ਰਿਹਾ ਵਾ, ਰਸ਼ ਹੋ ਰਿਹਾ ਵਾ, ਸੋ ਸਾਰੇ ਦੱਸ ਰਹੇ ਨੇ ਕਿ ਰਸ਼ ਦੇ ਵਿੱਚ ਜਾਣਾ ਅੱਜ ਦੀ ਡੇਟ ਦੇ ਵਿੱਚ ਬਿਲਕੁਲ ਵੀ ਸੇਫ ਨਹੀਂ ਹੈ। ਸੋ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ, ਸੇਫਟੀ ਫਸਟ। ਸੋ ਫਿਲਮ ਦੀ ਜਦੋਂ ਵੀ ਕੋਈ ਅਪਡੇਟ ਹੋਊਗੀ ਤੁਹਾਨੂੰ ਫਿਰ ਦੱਸਾਂਗੇ, ਬਟ ਫਿਲਹਾਲ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਆਪਾਂ ਨੂੰ ਇੱਕ ਦੂਜੇ ਦਾ ਖਿਆਲ ਰੱਖਣਾ ਚਾਹੀਦਾ ਔਰ ਇਸ ਚੀਜ਼ ਬਾਰੇ ਧਿਆਨ ਦੇਣਾ ਚਾਹੀਦਾ ਕਿ ਇਸ ਚੀਜ਼ ਤੋਂ ਕਿੱਦਾਂ ਬਚਿਆ ਜਾਵੇ। ਸੋ ਪਲੀਜ਼ ਟੇਕ ਕੇਅਰ ਆਫ ਯੂਰਸੈਲਫ। ਦਰਅਸਲ ਰਾਣਾ ਰਣਵੀਰ ਦੇ ਨਿਰਦੇਸ਼ਨ ਨੇ ਕਹਾਣੀ ਵਾਲੀ ਫਿਲਮ ਪੋਸੀ ਦਾ ਟ੍ਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਫਿਲਮ ਦੇ ਟ੍ਰੇਲਰ 'ਚ ਪੰਜਾਬ 'ਚ ਅਜੋਕੇ ਸਮੇਂ 'ਚ ਚੱਲ ਰਹੀਆਂ ਨਸ਼ੇ ਦੀਆਂ ਸਮੱਸਿਆਵਾਂ ਨੂੰ ਉਜਾਗਰ ਕੀਤਾ ਗਿਆ। ਇੱਕ ਨਸ਼ੇੜੀ ਕਾਰਨ ਕਿਵੇਂ ਸਮੱਸਿਆਵਾਂ ਖੜੀਆਂ ਹੋ ਜਾਂਦੀਆਂ ਹਨ, ਇਹੀ ਸਭ ਕੁਝ ਰਾਣਾ ਰਣਵੀਰ ਨੇ ਆਪਣੀ ਫਿਲਮ 'ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਬਿਊਰੋ ਰਿਪੋਰਟ, ਨਿਊਜ਼ ਓਨਲੀ।